ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੀਵਰਸ, ਅੱਜ ਆਪਾਂ ਬਣਾਵਾਂਗੇ ਅਨਾਰਦਾਨੇ ਦੀ ਚਟਨੀ। ਅਨਾਰਦਾਨੇ ਦੀ ਚਟਨੀ ਹੈ ਜਿਹੜੀ ਗਰਮੀ ਦੇ ਵਿੱਚ ਖਾਧੀ ਬੜੀ ਵਧੀਆ ਲੱਗਦੀ, ਕਰਾਰੀ ਵੀ ਲੱਗਦੀ, ਟੇਸਟੀ ਵੀ ਲੱਗਦੀ, ਤੇ ਜੇ ਕੂੰਡੇ ਦੇ ਵਿੱਚ ਕੁੱਟੀ ਹੋਵੇ ਤਾਂ ਹੋਰ ਵੀ ਜ਼ਿਆਦਾ ਵਧੀਆ। ਤਾਂ ਆਓ ਫਿਰ ਆਪਾਂ ਵੇਖੀਏ ਇਹਦੇ ਵਾਸਤੇ ਆਪਾਂ ਕੀ ਸਮਾਨ ਲਵਾਂਗੇ। ਇਹਦੇ ਵਾਸਤੇ ਆਪਾਂ ਨਾ 3 ਚਮਚ ਸੁੱਕਾ ਅਨਾਰਦਾਣਾ ਲੈ ਕੇ, ਤਾਂ ਉਹਨੂੰ ਮੈਂ ਪਹਿਲਾਂ ਪਾਣੀ ਦੇ ਵਿੱਚ ਭਿਉਂਤਾ ਸੀਗਾ ਵੀ ਇਹਦੇ ਤੇ ਨਾ ਥੋੜੀ ਜਿਹੜੀ ਡਸਟ ਹੁੰਦੀ ਆ ਥੋੜੀ ਜਿਹਾ, ਇੱਕ ਵਾਰੀ ਪਾਣੀ ਕੱਢਤਾ ਸੀ, ਦੂਜੀ ਵਾਰੀ ਦਾ ਪਾਣੀ ਇਹ ਹੈ। ਤਾਂ 2 ਪਿਆਜ਼ ਲੈ ਲਾਂਗੇ ਆਪਾਂ, ਥੋੜੇ ਜੇ ਆਪਾਂ ਲਿਆ ਲਸਣ ਦੀਆਂ ਭੂਕਾਂ, ਥੋੜਾ ਜਿਹਾ ਪੁਦੀਨਾ ਲੈ ਲਿਆ, ਤੇ 5-6 ਆਪਾਂ ਲੈ ਲਈਆਂ ਹਰੀਆਂ ਮਿਰਚਾਂ, ਥੋੜਾ ਜਿਹਾ ਧਨੀਆ ਤੇ ਥੋੜਾ ਜਿਹਾ ਪੀਸ ਅਦਰਕ ਦਾ ਲੈ ਲਿਆ, ਤਾਂ ਸਾਦੇ ਨਮਕ ਤੇ ਮਿਰਚ ਜਾਊਗਾ ਵਿੱਚ। ਸਭ ਤੋਂ ਪਹਿਲਾਂ ਆਪਾਂ ਕੁੰਡੇ ਦੇ ਵਿੱਚ ਨਿਚੋੜ ਕੇ ਤੇ ਅਨਾਰਦਾਣਾ ਪਾ ਲਵਾਂਗੇ। ਅਨਾਰਦਾਣੇ ਨੂੰ ਚੰਗੀ ਤਰ੍ਹਾਂ ਪਹਿਲਾਂ ਕੁੱਟ ਲਾਂਗੇ, ਮਿਕਸ ਕਰ ਲਾਂਗੇ, ਮੀਨ ਕਰ ਲਵਾਂਗੇ, ਕਿਉਂਕਿ ਇਹ ਕੁੰਡੇ ਦੇ ਵਿੱਚ ਬਹੁਤ ਵਧੀਆ ਤਰ੍ਹਾਂ ਕੁੱਟਿਆ ਜਾਂਦਾ। ਮਿਕਸੀ ਦੇ ਵਿੱਚ ਓਨੀ ਚੰਗੀ ਤਰ੍ਹਾਂ ਨਹੀਂ ਇਹ ਗ੍ਰੈਂਡ ਹੁੰਦਾ ਗਾ ਜਿੰਨਾ ਆਪਣਾ ਕੁੰਡੇ ਦੇ ਵਿੱਚ ਹੈ। ਇਸ ਤਰ੍ਹਾਂ ਰਗੜ ਰਗੜ ਕੇ ਜਦੋਂ ਆਪਾਂ ਕਰਦੇ, ਵੈਸੇ ਹੀ ਕੁੰਡੇ ਚਿੱਟੀ ਤਾਂ ਬਹੁਤ ਸਵਾਦ ਲੱਗਦੀ ਹੈ, ਪਰ ਜਦੋਂ ਇਸ ਤਰ੍ਹਾਂ ਬਿਲਕੁਲ ਐਨ ਰਗੜ ਕੇ ਅਤੇ ਫਿਰ ਜਦੋਂ ਥੋੜ੍ਹਾ ਜਿਹਾ ਬਰੀਕ ਹੋ ਜਾਂਦਾ ਫਿਰ ਪਾਣੀ ਪਾ ਕੇ ਫਿਰ ਚੰਗੀ ਤਰ੍ਹਾਂ ਆਪਾਂ ਰਗੜ ਦਾਂਗੇ, ਤਾਂ ਸਾਈਡਾਂ ਤੋਂ ਵੀ ਉਤਾਰਦੇ ਹੋਏ ਜਿਹੜਾ ਅਨਾਰਦਾਣਾ ਉੱਪਰ ਚੜ੍ਹ ਜਾਂਦਾ ਵੀ ਇਸ ਤਰ੍ਹਾਂ ਨਾ ਲੱਗੇ ਵੀ ਕੋਈ ਵਿੱਚ ਪੀਸ ਸਾਬਤ ਰਹਿ ਗਿਆ ਜਾਂ ਕਿ ਦੰਦਾਂ ਥੱਲੇ ਆਉਂਦਾ, ਤਾਂ ਉਹ ਵਧੀਆ ਨਹੀਂ ਲੱਗਦਾ ਚਟਨੀ ਦੇ ਵਿੱਚ। ਸਾਰਾ ਆਪਾਂ ਨੀਚੇ ਉਤਾਰਦੇ ਜਾਵਾਂਗੇ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਰਗੜਦੇ ਜਾਵਾਂਗੇ ਇਸ ਤਰ੍ਹਾਂ। ਜਦੋਂ ਅਨਾਰਦਾਣਾ ਆਪਣਾ ਪੂਰੀ ਤਰ੍ਹਾਂ ਐਨ ਵਧੀਆ ਬਰੀਕ ਹੋ ਗਿਆ ਤਾਂ ਫਿਰ ਉਹਦੇ ਵਿੱਚ ਆਪਾਂ ਪਾ ਦੇਵਾਂਗੇ ਲਸਣ ਦੀਆਂ 2-3 ਤੁਰੀਆਂ, ਮੈਂ ਸੋਰੀ ਇਹ ਨਾਲ ਰੱਖਣੀਆਂ ਭੁੱਲ ਗਈ ਸੀ, ਤਾਂ 2 ਭੂਕਾਂ ਵਿੱਚ ਹੋਰ ਪਾ ਦੇਵਾਂਗੇ ਆਪਾਂ ਹਰੇ ਲਸਣ ਦੀਆਂ, ਅਤੇ ਵਿੱਚ ਆਪਾਂ ਅਦਰਕ ਪਾ ਦੇਵਾਂਗੇ, ਅਤੇ ਅਦਰਕ ਦੇ ਨਾਲ ਹੀ ਆਪਾਂ ਪਾ ਦੇਵਾਂਗੇ ਹਰੀਆਂ ਮਿਰਚਾਂ, ਇਹਨਾਂ ਦੀਆਂ ਡੰਡੀਆਂ ਤੋੜ ਕੇ ਤਾਂ ਇਹ ਵੀ ਆਪਾਂ ਵਿੱਚ ਪੀਸ ਲਾਂਗੇ, ਕਿਉਂਕਿ ਜਦੋਂ ਇਸ ਤਰ੍ਹਾਂ ਦੀ ਚਟਨੀ ਹੋਵੇ ਨਾ ਤਾਂ ਸਭ ਤਾਂ ਹਰੀਆਂ ਮਿਰਚਾਂ ਪਾਈਆਂ ਹੋਈਆਂ ਬਹੁਤ ਟੇਸਟੀ ਲੱਗਦੀਆਂ। ਥੋੜ੍ਹੀਆਂ ਜੀ ਆਪਾਂ ਵਿੱਚ ਹੁਣ 1/2 ਚਮਚ ਨਮਕ ਪਾ ਦਿੱਤਾ, ਥੋੜ੍ਹੀ ਜਿਹੀ ਪਾ ਦਾਂਗੇ ਕਾਲੀ ਮਿਰਚ, ਅਤੇ ਥੋੜ੍ਹਾ ਜਿਹਾ 1/2 ਚਮਚ ਤੋਂ ਵੀ ਥੋੜ੍ਹੀਆਂ ਪਾ ਦਾਂਗੇ ਆਪਾਂ ਲਾਲ ਮਿਰਚਾਂ, ਤਾਂ ਇਹਨਾਂ ਨੂੰ ਵੀ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਕੁੱਟ ਲਾਂਗੇ। ਨਮਕ ਆਪਾਂ ਤਾਂ ਪਾਇਆ ਕਿਉਂਕਿ ਨਮਕ ਨਾਲ ਨਾ ਲਸਣ ਅਤੇ ਅਦਰਕ ਵਧੀਆ ਭੂਕਾਂ ਪਾਕਾਂ ਬਿਲਕੁਲ ਐਨ ਵਧੀਆ ਮਿਕਸ ਹੋ ਜਾਂਦੀਆਂ ਆ, ਤਾਂ ਇਹਨਾਂ ਨੂੰ ਵੀ ਸਾਰਿਆਂ ਨੂੰ ਜਦੋਂ ਮਿਕਸ ਕਰ ਲਿਆ ਤਾਂ ਫਿਰ ਆਪਾਂ ਵਿੱਚ ਪਾ ਦੇਵਾਂਗੇ ਹਰਾ ਧਨੀਆ ਅਤੇ ਪੁਦੀਨਾ ਪੱਤਾ, ਇਹਨਾਂ ਨੂੰ ਪਾ ਕੇ ਵੀ ਇਹ ਪਹਿਲਾਂ ਮਿਕਸ ਕਰ ਲਾਂਗੇ, ਤਾਂ ਪਿਆਜ਼ ਆਪਾਂ ਲਾਸਟ 'ਤੇ ਪਾਵਾਂਗੇ ਕਿਉਂਕਿ ਪਿਆਜ਼ ਜੇ ਪਹਿਲਾਂ ਪਾ ਦਈਏ ਤਾਂ ਫਿਰ ਦੂਜੀਆਂ ਬਰੀਕ ਚੀਜ਼ਾਂ ਨਹੀਂ ਆਪਣੀਆਂ ਕੁੱਟੀਆਂ ਜਾਂਦੀਆਂ ਗੀਆਂ। ਤਾਂ ਹੁਣ ਇਹਨਾਂ ਦੇ ਵਿੱਚ ਆਪਾਂ ਪਿਆਜ਼ ਵੀ ਜਿਹੜੇ ਆਪਣੇ ਕੋਲ ਮੀਡੀਅਮ ਆਕਾਰ ਦੇ 2 ਹੈਗੇ ਆ ਉਹ ਵੀ ਆਪਾਂ ਪਾ ਦੇਵਾਂਗੇ ਕੱਟ ਕੇ, ਤਾਂ ਉਹਨਾਂ ਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਚੰਗੀ ਤਰ੍ਹਾਂ ਪੇਸਟ ਬਣਾ ਲਾਂਗੇ ਉਹਨਾਂ ਦਾ ਵੀ ਕੁੰਡੇ ਦੇ ਨਾਲ ਹੀ ਕੁੱਟ ਕੇ, ਕਿਉਂਕਿ ਮਿਕਸੀ ਦੀ ਚਟਨੀ ਨਾਲੋਂ ਕੁੰਡੇ ਦੀ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ, ਬੜੀ ਵਧੀਆ ਬਣਦੀ ਹੈ। ਅਤੇ ਬਾਕੀ ਇਹ ਘੋਟਣਾ ਹੁੰਦਾ ਜਿਹੜਾ ਨਿੰਮ ਦਾ ਹੁੰਦਾ, ਕਰੀਰ ਦਾ ਹੁੰਦਾ, ਤਾਂ ਉਹ ਆਪਣੀ ਸਿਹਤ ਵਾਸਤੇ ਵੈਸੇ ਵੀ ਬਹੁਤ ਵਧੀਆ ਹੁੰਦਾ। ਲਓ ਜੀ, ਚਟਨੀ ਆਪਣੀ ਕੁੱਟੀ ਗਈ ਹੈ, ਪੁਦੀਨੇ ਤੇ ਅਨਾਰਦਾਨੇ ਦੀ ਚਟਨੀ ਬਣ ਕੇ ਆਪਣੇ ਕੋਲ ਰੈਡੀ ਹੈ, ਜਿਹੜੀ ਕਿ ਖਾਣ ਦੇ ਵਿੱਚ ਇੰਨੀ ਟੇਸਟੀ ਹੈ ਤੇ ਲਾਹੇਮੰਦ ਵੀ ਹੈਗੀ ਹੈ, ਤਾਂ ਕਈ ਸਬਜ਼ੀਆਂ ਨੂੰ ਵੀ ਪਰੇ ਕਰਦੀ ਹੈ ਇਹ। ਤਾਂ ਵੀਵਰਸ, ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ, ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ, ਔਰ ਜੋ ਵੀਵਰਸ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਵੇਖ ਰਹੇ ਆ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਔਰ ਘੰਟੀ ਵਾਲਾ ਬਟਨ ਆਲ ਤੇ ਪ੍ਰੈਸ ਕਰਨਾ ਤਾਂ ਕਿ ਮੇਰੀ ਆਉਣ ਵਾਲੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ, ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਅਨਾਰਦਾਨੇ ਦੀ ਚਟਨੀ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।